ਰੁਕਿਆ ਤਾਂ ਵਾ ਘੁੰਮ ਕੇ ਚੱਲਦਾ ਫਿਰ मेरा नाम कमलजीत बंगड़ है जी। मैं अनाज मंडी मजदूर यूनियन समराला सैकटरी पंजाब ज्वाइंट सैकटरी जी। अज हड़ताल की गई है मजदूर वालों की कारण है जी? कारण यह है भी जी लगभग 2 साल तो जब तो सरकार बनी है असि इन्हों मूहे मजदूर दी मंडी विच काम करते मजदूर दी मंगा प्रति मंग पत्र दते सी साडियां 4 मंगा सी जिन्हां दे विच सी एक मेन मंग सी साडी 25% वाधे दी ते दूसरी सीगी मंग लोडिंग दे विच रेट घट है जिहड़ा 1 रुपया 73 रुपए उहदा 5 रुपए कीता जावे जी। एक सीगा जिहड़ी साडी किसानां कोलों मजदूरी कट्टी जांदी है ਉਹ ਆੜਤੀਏ ਦੇ ਜਰੀਏ ਹੀ ਸਾਨੂੰ ਦਿੱਤੀ ਜਾਵੇ ਕੱਟ ਕੇ ਤੇ ਨੰਬਰ 3 ਤੇ ਸੀਗੀ ਚੌਥੇ ਨੰਬਰ ਤੇ ਸੀਗੀ ਸਾਡੀ ਮਜ਼ਦੂਰੀ ਕਿ 50 ਕਿਲੋ ਕਣਕ ਦੀ ਜਿਹੜੀ ਮਜ਼ਦੂਰੀ ਹੈ ਉਹ ਜੀਰੀ ਦੀ ਮਜ਼ਦੂਰੀ ਦੇ ਬਰਾਬਰ ਕੀਤੀ ਜਾਵੇ ਜੀ ਤੇ ਇਹਨਾਂ ਮੰਗਾਂ ਦਾ ਅਸੀਂ ਮੰਤਰੀ ਸਾਹਿਬ ਧਾਲੀਵਾਲ ਸਾਹਿਬ ਕਟਾਰੂ ਚੱਕ ਸਾਹਿਬ ਤੇ ਹੁਣ ਖੁੱਡੀਆਂ ਸਾਹਿਬ ਉਹਨਾਂ ਨੂੰ ਵੀ ਮੰਗ ਪੱਤਰ ਕਈ ਵਾਰ ਦੇ ਚੁੱਕੇ ਹਾਂ ਉੱਥੋਂ ਤੱਕ ਕਿ ਸੀਐਮ ਮਾਨ ਸਾਹਿਬ ਨੇ ਵੀ ਆਪਣੇ ਮੂੰਹ ਤੋਂ ਐਲਾਨ ਕਰ ਦਿੱਤਾ ਕਿ ਜਿਹੜੀਆਂ ਇਹਨਾਂ ਦੀਆਂ ਮਜ਼ਦੂਰਾਂ ਦੀਆਂ ਮੰਗਾਂ ਨੇ ਜਾਇਜ਼ ਨੇ ਮੈਂ ਇਹਨਾਂ ਮੰਗਾਂ ਨੂੰ ਪ੍ਰਵਾਨ ਕਰਦਾ ਕਣਕ ਦੇ ਸੀਜ਼ਨ ਤੋਂ ਪਹਿਲਾਂ ਜੀ ਕਿ ਇਹਦੇ ਵਿੱਚ 20% FCI ਮੰਨ ਚੁੱਕੀ ਆ 5% ਦਾ ਜਿਹੜਾ ਗੈਪ ਹੈ ਇਹ ਪੰਜਾਬ ਸਰਕਾਰ ਦੇਊਗੀ ਪਰ ਕਣਕ ਦੇ ਸੀਜ਼ਨ ਲੰਘੇ ਨੂੰ ਵੀ 7-8 ਮਹੀਨੇ ਹੋ ਗਏ ਆ ਹੁਣ ਧਾਨਾਂ ਦਾ ਸੀਜ਼ਨ ਸ਼ੁਰੂ ਹੋ ਗਿਆ ਪਰ ਪੰਜਾਬ ਸਰਕਾਰ ਵੱਲੋਂ ਕੋਈ ਵੀ ਇਸ ਮੰਗਾਂ ਬਾਰੇ ਧਿਆਨ ਨਹੀਂ ਦਿੱਤਾ ਗਿਆ ਇਸ ਦੇ ਸੰਬੰਧ ਵਿੱਚ ਸਾਡੀ 25 ਨੂੰ ਮੁੱਗੇ ਆੜਤੀਆਂ ਦੀ ਰੈਲੀ ਸੀ ਉਹਦੇ ਵਿੱਚ ਸਾਡੇ ਪੰਜਾਬ ਪ੍ਰਧਾਨ ਰਕੇਸ਼ ਕੁਮਾਰ ਤੁਲੀ ਜੀ ਨੇ ਐਲਾਨ ਹੜਤਾਲ ਦਾ ਕੀਤਾ ਸੀ 1 ਤਰੀਕ ਤੋਂ ਜੀ ਜਦੋਂ ਸਰਕਾਰ ਨੂੰ ਪਤਾ ਲੱਗਿਆ ਕਿ ਮੰਡੀ ਮਜ਼ਦੂਰਾਂ ਦੀ 1 ਤਰੀਕ ਤੋਂ ਅਣਮਿੱਥੇ ਸਮੇਂ ਲਈ ਹੜਤਾਲ ਆ ਉਹਨਾਂ ਨੇ 29 ਤਰੀਕ ਨੂੰ ਸਾਡੀ ਜਥੇਬੰਦੀਆਂ ਦੀ ਇੱਕ ਮੀਟਿੰਗ ਬੁਲਾਈ ਜਿਹਦੇ ਵਿੱਚ ਉਹਨਾਂ ਨੇ ਸਾਡੇ ਪ੍ਰਧਾਨ ਤੇ 3 ਜਥੇਬੰਦੀਆਂ ਤੋਂ 5 ਦਿਨ ਦਾ ਸਮਾਂ ਮੰਗਿਆ ਸੀ ਕਿ 5 ਦਿਨ ਦੇ ਵਿੱਚ ਤੁਹਾਡੀਆਂ ਜਿਹੜੀਆਂ ਇਹ ਮੰਗਾਂ ਜਾਇਜ਼ ਨੇ 5 ਦਿਨ ਦੇ ਵਿੱਚ ਨੋਟੀਫਿਕੇਸ਼ਨ ਜਾਰੀ ਕਰ ਦੇਵਾਂਗੇ 5 ਤਰੀਕ ਵੀ ਲੰਘ ਚੁੱਕੀ 6 ਵੀ ਲੰਘ ਚੁੱਕੀ ਅੰਤ ਸਾਨੂੰ ਹਾਰ ਕੇ ਇਹ ਹੜਤਾਲ ਦਾ ਫੈਸਲਾ ਲੈਣਾ ਪਿਆ ਪੰਜਾਬ ਦੇ ਦੀਆਂ ਸਮੁੱਚੀਆਂ ਅਨਾਜ ਮੰਡੀਆਂ ਅਣਮਿੱਥੇ ਸਮੇਂ ਲਈ ਜਦ ਤੱਕ ਸਾਡਾ ਦੇਖੋ ਮੰਗਾਂ ਦਾ ਨੋਟੀਫਿਕੇਸ਼ਨ ਜਾਰੀ ਨਹੀਂ ਹੁੰਦਾ ਉਦੋਂ ਤੱਕ ਹੜਤਾਲ ਤੇ ਰਹਿਣਗੀਆਂ ਤੇ ਕੰਮ ਮੰਡੀਆਂ ਦੇ ਵਿੱਚ ਬੰਦ ਰਹੇਗਾ ਜੀ। ਜੇ ਦੇਖਿਆ ਜਾਵੇ ਤਾਂ ਕਿਸਾਨਾਂ ਦਾ ਕਾਫੀ ਨੁਕਸਾਨ ਹੋਵੇਗਾ ਇਹਦੇ ਨਾਲ ਤੇ ਕਿਸਾਨ ਤੁਹਾਡੇ ਨਾਲ ਨੇ ਜੀ? ਦੇਖੋ ਅਸੀਂ ਮੰਨਦੇ ਆ ਵੀ ਚਲੋ ਕਿਸਾਨਾਂ ਨੂੰ ਜਦੋਂ ਇੱਕ ਆਪਾਂ ਦੇਖ ਲੈਂਦੇ ਆ ਕਿ ਜਦੋਂ ਸੰਘਰਸ਼ ਹੋਇਆ ਦਿੱਲੀ ਦੇ ਵਿੱਚ ਉੱਥੇ ਇੱਕ ਨਾਰਾ ਦਿੱਤਾ ਗਿਆ ਸੀ ਕਿਸਾਨ ਮਜ਼ਦੂਰ ਏਕਤਾ ਜਦੋਂ ਕਿਸਾਨਾਂ ਦਾ ਅਸੀਂ ਮਜ਼ਦੂਰ ਸਾਥ ਦੇ ਸਕਦੇ ਆ ਤਾਂ ਕਿਸਾਨ ਵੀ ਅੱਜ ਸਾਡੇ ਨਾਲ ਨੇ ਜਥੇਬੰਦੀਆਂ ਦੇ ਸਾਨੂੰ ਫੋਨ ਆ ਰਹੇ ਨੇ ਕਿ ਤੁਸੀਂ ਸੰਘਰਸ਼ ਤੇਜ਼ ਕਰੋ ਅਸੀਂ ਤੁਹਾਡੇ ਨਾਲ ਆ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਬਾਕੀ ਆੜਤੀ ਐਸੋਸੀਏਸ਼ਨ ਪੰਜਾਬ ਜਾਂ ਸਾਡੀ ਸਮਰਾਲੇ ਦੀ ਜਿੰਨੇ ਵੀ ਆੜਤੀ ਐਸੋਸੀਏਸ਼ਨ ਸਾਡੇ ਨਾਲ ਨੇ ਉਹਦੇ ਮੋਢੇ ਦੇ ਨਾਲ ਮੋਢਾ ਲਾ ਕੇ ਚੱਲ ਰਹੇ ਨੇ ਸਾਡੇ ਨਾਲ ਧਰਨੇ ਤੇ ਵੀ ਬੈਠੇ ਨੇ ਤੇ ਉਹਨਾਂ ਵੱਲੋਂ ਵੀ ਸਾਨੂੰ ਪੂਰਨ ਵਿਸ਼ਵਾਸ ਦਿਵਾਇਆ ਗਿਆ ਹੈ ਕਿ ਤੁਹਾਡੇ ਨਾਲ ਹਰ ਟਾਈਮ ਅਸੀਂ ਖੜੇ ਹਾਂ ਜੀ। ਇਸ ਸੰਬੰਧ ਵਿੱਚ ਸਰਕਾਰ ਨਾਲ ਕੋਈ ਮੀਟਿੰਗ ਵਗੈਰਾ ਹੋਣ ਦੀ ਸੰਭਾਵਨਾ ਆਏਗੀ? ਦੇਖੋ ਮੀਟਿੰਗ ਤਾਂ ਅਸੀਂ ਪਹਿਲਾਂ ਵੀ 29 ਤਰੀਕ ਨੂੰ ਸਾਡੀਆਂ ਜਥੇਬੰਦੀਆਂ ਕਰ ਚੁੱਕੀਆਂ ਨੇ ਉਹਦੇ ਵਿੱਚ ਵੀ ਸਾਨੂੰ ਸਿਰਫ ਵਿਸ਼ਵਾਸ ਦਿਵਾਇਆ ਗਿਆ ਸਾਡੀਆਂ ਜਿਹੜੀਆਂ ਮੰਗਾਂ ਨੇ ਉਹ ਮੰਨੀਆਂ ਤਾਂ ਜਾਂਦੀਆਂ ਨੇ ਪਰ ਉਹ ਲਾਗੂ ਨਹੀਂ ਹੁੰਦੀਆਂ ਜੀ ਕਿਉਂਕਿ ਦੇਖੋ ਮੁੱਖ ਮੰਤਰੀ ਆਪਣੇ ਮੂੰਹ ਤੋਂ ਬਿਆਨ ਦੇ ਦਿੰਦਾ ਉਹ ਤੋਂ ਬਾਅਦ ਉਹ ਨੋਟੀਫਿਕੇਸ਼ਨ ਜਾਰੀ ਨਹੀਂ ਹੁੰਦਾ ਠੀਕ ਹੈ ਜੀ। ਇਹ ਤਾਂ ਇੱਕ ਅਖੌਤੀ ਆਪ ਦੀ ਸਰਕਾਰ ਕਹਿ ਸਕਦੇ ਆ ਜਿਹੜੀ ਆਪਣੇ ਆਪ ਨੂੰ ਸਿਰਫ ਆਪ ਦੀ ਸਰਕਾਰ ਔਰ ਮਜ਼ਦੂਰਾਂ ਦੀ ਸਰਕਾਰ ਦੱਸਦੀ ਆ ਪਰ ਮਜ਼ਦੂਰਾਂ ਦੀ ਨਹੀਂ ਹੈਗੀ ਸਰਕਾਰ ਜੀ। ਕੀ ਨਾਮ ਹੈਗਾ ਜੀ? ਮੈਂ ਆਲਮਦੀਪ ਸਿੰਘ ਪ੍ਰਧਾਨ ਆੜਤੀ ਐਸੋਸੀਏਸ਼ਨ ਸਮਰਾਲਾ ਮੰਡੀ।
ਅੱਜ ਜੀ ਧਰਨਾ ਲਾਇਆ ਮਜ਼ਦੂਰਾਂ ਨੇ, ਇਹ ਕਿਸ ਸੰਬੰਧ ਵਿੱਚ ਲਗਾਇਆ ਗਿਆ ਹੈ? ਇਹ ਦੇਖੋ ਜੀ, ਮਜ਼ਦੂਰ ਜਥੇਬੰਦੀਆਂ ਦੀ ਤਕਰੀਬਨ ਇਹ 2 ਸਾਲ ਤੋਂ ਮੰਗ ਚੱਲੀ ਆ ਰਹੀ ਹੈ ਲੇਬਰ ਵਧਾਉਣ ਦੀ। ਸਾਡੇ ਸੀਐਮ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਨੇ ਇਹਨਾਂ ਨਾਲ ਵਾਅਦਾ ਵੀ ਕੀਤਾ ਸੀ ਵੀ ਮੈਂ ਤੁਹਾਡੀ ਜਿਹੜੀ 25% ਮਜ਼ਦੂਰੀ ਆ ਉਹ 'ਚ ਵਾਧਾ ਕਰੂੰਗਾ, 20% ਸੈਂਟਰ ਸਰਕਾਰ ਨੇ ਕਰਨਾ, 5% ਪੰਜਾਬ ਸਰਕਾਰ ਨੇ ਕਰਨਾ। ਪਰ ਉਹ ਸਾਰਾ ਕੰਮ 3 ਫਸਲਾਂ ਲੰਘ ਗਈਆਂ ਲਾਰੇ ਲੱਪੇ ਜੇ ਚੱਲਦਾ ਰਿਹਾ। ਹੁਣ ਵੀ ਪਹਿਲਾਂ ਇਹਨਾਂ ਨੇ 1 ਦਿਨ ਦੀ ਹੜਤਾਲ ਕਰੀ ਸੀ, ਉਦੋਂ ਗੌਰਮੈਂਟ ਨਾਲ ਮੀਟਿੰਗ ਹੋ ਕੇ ਇਹ ਗੱਲ ਤੈਅ ਹੋ ਗਈ ਵੀ 5 ਤਰੀਕ ਤੱਕ ਕੋਈ ਤੁਹਾਨੂੰ ਠੋਸ ਫੈਸਲਾ 1 ਹਫ਼ਤੇ ਦੇ ਵਿੱਚ ਦਿੱਤਾ ਜਾਊ। 5 ਤੋਂ 5 ਤਰੀਕ ਨੂੰ ਵੀ ਕੋਈ ਗੱਲ ਨਹੀਂ ਹੋਈ, 6 ਨੂੰ ਨਹੀਂ ਹੋਈ, ਤਾਂ ਇਹਨਾਂ ਨੂੰ ਮਜ਼ਦੂਰਨ ਤੌਰ 'ਤੇ ਅੱਜ 7 ਤਰੀਕ ਨੂੰ ਹੜਤਾਲ 'ਤੇ ਜਾਣਾ ਪਿਆ। ਅਸੀਂ ਵੀ ਆੜ੍ਹਤੀਆਂ ਕਣੀਓ ਮੈਂ ਪੰਜਾਬ ਸਰਕਾਰ ਨੂੰ ਅਪੀਲ ਕਰਦਾ ਵੀ ਜ਼ਿਮੀਂਦਾਰਾਂ ਦਾ, ਆੜ੍ਹਤੀਆਂ ਦਾ, ਵਿੱਚੇ ਇਹਨਾਂ ਮਜ਼ਦੂਰਾਂ ਦਾ, ਸਾਡਾ ਸਾਰਿਆਂ ਦਾ ਬਹੁਤ ਨੁਕਸਾਨ ਹੋ ਰਿਹਾ, ਵੀ ਇਸ ਮਸਲੇ ਨੂੰ ਜਲਦੀ ਤੋਂ ਜਲਦੀ ਛੇਤੀ ਸੁਲਝਾਇਆ ਜਾਣਾ ਚਾਹੀਦਾ। ਕੀ ਲੱਗਦਾ ਜੀ ਹੜਤਾਲ ਕਦੋਂ ਤੱਕ ਰੱਖੀ ਜਾਵੇਗੀ ਜੀ ਇਹਨਾਂ ਦੀ? ਦੇਖੋ ਜੀ, ਸਰਕਾਰ ਦੇ ਹੱਥ ਹੈ, ਸਰਕਾਰ ਚਾਹੇ ਤਾਂ 10 ਮਿੰਟਾਂ 'ਚ ਹੜਤਾਲ ਖੁੱਲ੍ਹ ਸਕਦੀ ਹੈ। ਇਹਨਾਂ ਨੂੰ ਕੋਈ ਭਰੋਸਾ ਦਿਵਾਉਣ, ਕੁਛ ਨਾ ਕੁਛ ਵਾਧਾ ਕਰਨ। ਇਹਨਾਂ ਨੂੰ ਵੀ ਪਤਾ ਹੈ ਇਹ ਵਿਚਾਰੇ ਕੰਮ ਤੋਂ ਬਿਨਾਂ ਇਹ ਵੀ ਕੀ ਖਾਣਗੇ, ਮਜ਼ਦੂਰ ਲੋਕ ਨੇ, ਇਹਨਾਂ ਨੂੰ ਤਾਂ ਕਰਕੇ ਹੀ ਖਾਣਾ। ਆੜ੍ਹਤੀ ਐਸੋਸੀਏਸ਼ਨ ਮਜ਼ਦੂਰਾਂ ਦੇ ਨਾਲ ਹੈ ਜੀ? ਦੇਖੋ ਜੀ, ਫਿਲਹਾਲ ਅਸੀਂ ਇਹਨਾਂ ਦੇ ਨਾਲ ਹਾਂ, ਕਿਉਂਕਿ ਅਸੀਂ ਜੋ ਕੋਈ ਸਾਡੀ ਮੰਗ ਹੁੰਦੀ ਆ ਉਹ ਇਹਨਾਂ ਨਾਲ ਵੀ ਰਿਲੇਟਡ ਹੁੰਦੀ ਹੈ, ਇਹਨਾਂ ਦੀਆਂ ਮੰਗਾਂ ਹੁਣ ਸਾਡੇ ਨਾਲ ਰਿਲੇਟਡ ਨੇ। ਇਹਨਾਂ ਦੀ ਇੱਕ ਇਹ ਮੰਗ ਇਹ ਹੈ ਵੀ ਜਿਹੜੀ ਮਜ਼ਦੂਰੀ ਆਉਂਦੀ ਹੈ ਉਹ ਹੁਣ ਜ਼ਿਮੀਂਦਾਰ ਦੇ ਖਾਤੇ ਚਲੀ ਜਾਂਦੀ ਹੈ। ਇਹ ਚਾਹੁੰਦੇ ਨੇ ਵੀ ਇਹ ਮਜ਼ਦੂਰੀ ਹੈ ਜਿਹੜੀ, ਜਿਹੜੇ ਆੜ੍ਹਤੀਆਂ ਨਾਲ ਸੰਬੰਧਿਤ ਉਹਨਾਂ ਨੂੰ ਮਿਲੇ, ਇਹ ਫਿਰ ਆੜ੍ਹਤੀ ਤੋਂ ਮਜ਼ਦੂਰੀ ਲੈ ਸਕਣ। ਠੀਕ ਹੈ।